ਦੋਸਤੋ ਸਤਿ ਸ਼੍ਰੀ ਅਕਾਲ, ਮੈਂ ਹੈ ਸਤਵਿੰਦਰ ਸਿੰਘ ਔਰ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਖਾਸ ਖਬਰ 'ਤੇ ਇੱਕ ਨਜ਼ਰ। ਖਾਸ ਖਬਰ 'ਤੇ ਇੱਕ ਨਜ਼ਰ ਪ੍ਰੋਗਰਾਮ ਦੇ ਵਿੱਚ ਅਸੀਂ ਪਿਛਲੇ ਹਫ਼ਤੇ ਦੀਆਂ ਰਹੀਆਂ ਹੋਈਆਂ ਕੁਝ ਖਾਸ ਖਬਰਾਂ ਦੇ ਉੱਤੇ, ਖਾਸ ਸੁਰਖੀਆਂ ਦੇ ਉੱਤੇ ਤੁਹਾਡੇ ਨਾਲ ਵਿਚਾਰ ਚਰਚਾ ਸਾਂਝੀ ਕਰਦੇ ਹਾਂ। ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਨ ਵਾਸਤੇ ਮੇਰੇ ਨਾਲ ਸ਼ਾਮਿਲ ਹੁੰਦੇ ਨੇ ਜੱਗੀ ਢਿੱਲੋਂ ਜੀ। ਜੱਗੀ ਢਿੱਲੋਂ ਜੀ, ਪਿਆਪੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਤਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਅਤੇ ਦੋਸਤੋ, ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਆਪਣੇ ਉਹਨਾਂ ਸਹਿਯੋਗੀਆਂ ਦਾ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਤੁਹਾਡੇ ਤੱਕ ਪੁੱਜਦਾ ਹੁੰਦਾ, ਜਿਨ੍ਹਾਂ ਵਿੱਚ ਸ਼ਾਮਿਲ ਨੇ ਪਾਲੀ ਵਿਰਕ ਜੀ ਕੁਆਲਿਟੀ ਟਰਾਂਸਮਿਸ਼ਨ ਤੋਂ, ਹਰਪਿੰਦਰ ਸਿੰਘ ਸਿੱਧੂ ਇੰਸ਼ੋਰੈਂਸ ਬ੍ਰੋਕਰ, ਅਤੇ JPS ਔਲਖ ਜਿਹੜੇ ਕਿ ਮਾਰਗੇਜ ਐਕਸਪਰਟ ਨੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਢਿੱਲੋਂ ਸਾਹਿਬ, ਪਿਛਲੇ ਹਫ਼ਤੇ ਦੀ ਜੇ ਆਪਾਂ ਖਬਰ ਦੀ ਗੱਲ ਕਰੀਏ ਤਾਂ ਸਾਰੀਆਂ ਜਿਹੜਾ ਹੈ ਅਖਬਾਰਾਂ, TV ਚੈਨਲ, ਰੇਡੀਓ 'ਤੇ ਇੱਕੋ ਹੀ ਜਿਹੜੀ ਹੈ ਖਬਰ, ਖਾਸ ਕਰਕੇ ਅਲਬਰਟਾ ਦੇ ਵਿੱਚ, ਕੈਨੇਡਾ ਦੇ ਵਿੱਚ ਜਿਹੜੀ ਹੈ ਉਹ ਬੜੀ ਦੁਖਦਾਈ ਖਬਰ ਦੀ ਜਿਹੜੀ ਹੈ ਹੈਡਲਾਈਨ ਹੈ, ਸੁਰਖੀਆਂ 'ਚ ਬਣੀ ਰਹੀ, ਉਹ ਸਾਡੇ ਬਹੁਤ ਹੀ ਜ਼ਿਆਦਾ ਮੀਤ, ਬਹੁਤ ਹੀ ਜ਼ਿਆਦਾ ਜਿਹੜੇ ਹੈਗੇ ਨੇ ਮਤਲਬ ਕਲੋਜ਼ ਫਰੈਂਡ ਆਪਾਂ ਕਹਿ ਸਕਦੇ ਹੈਗੇ ਹਨ, ਔਰ ਹਰ ਕਿਸੇ ਨੂੰ ਲੱਗਦਾ ਸੀ ਕਿ ਉਹ ਮੇਰੇ ਬੜੇ ਕਲੋਜ਼ ਸੀ, ਹੈ ਨਾ। ਬਿਲਕੁਲ। ਅਤੇ ਉਹ ਸਨ ਸਰਦਾਰ ਮਨਮੀਤ ਸਿੰਘ ਭੁੱਲਰ, ਜਿਨ੍ਹਾਂ ਦੀ ਇੱਕ ਐਕਸੀਡੈਂਟ ਦੇ ਦੌਰਾਨ ਜਿਹੜੀ ਹੈ ਮੌਤ ਹੋ ਗਈ, ਔਰ ਸਾਨੂੰ ਸਦੀਵੀ ਵਿਛੋੜਾ ਦੇ ਕੇ। ਕੀ ਕਹਿਣਾ ਚਾਹੋਗੇ ਉਹਨਾਂ ਦੀ ਸ਼ਖਸੀਅਤ ਬਾਰੇ, ਵੀ ਕਿੱਡਾ ਕੁ ਵੱਡਾ ਇਹ ਘਾਟਾ ਸਾਨੂੰ ਜਿਹੜਾ ਪਿਆ? ਸਤਵਿੰਦਰ ਜੀ, ਮੈਂ ਬੜੀ ਵਾਰੀ ਇਹੋ ਜਿਹੇ ਸਰਕਮਸਟਾਂਸਿਸ ਜ਼ਿੰਦਗੀ ਦੇ ਵਿੱਚ ਆਉਂਦੇ ਨੇ, ਕਿਉਂਕਿ ਕੁਛ ਇੱਕ ਕੁਦਰਤ ਦਾ ਵਿਧੀ ਵਿਧਾਨ ਹੀ ਕੁਛ ਐਸਾ ਦਾ ਬਣਿਆ ਹੋਇਆ। ਪਰ ਗੱਲ ਜਿਹੜੀ ਇਹਦੇ ਇਹਨਾਂ ਦੇ ਕੇਸ ਵਿੱਚ ਹੈਗੀ ਹੈ, ਉਹ ਇਹ ਹੈਗੀ ਹੈ ਕਿ ਉਹ ਕਿਸ ਅਹੁਦੇ 'ਤੇ ਰਹੇ। ਮੇਰਾ ਖਿਆਲ ਉਹ ਬਾਅਦ 'ਚ ਆਉਂਦਾ ਆ ਪਿਕਚਰ ਦੇ ਵਿੱਚ, ਜਿੱਥੇ ਕਿ ਉਹਨਾਂ ਨੇ ਬੜੀ ਮਿਹਨਤ ਕੀਤੀ, ਯੰਗ ਏਜ ਦੇ ਵਿੱਚ ਉਹ ਮਿਨਿਸਟਰ ਬਣ ਗਏ, ਔਰ ਫਿਰ ਕੰਟੀਨਿਊਸਲੀ ਥਰਡ ਟਰਮ ਸੀਗੀ ਜਿਹਦੇ 'ਚ ਉਹਨਾਂ ਨੇ ਆਪਣੀ ਕੌਨਸਟੀਚੁਐਂਸੀ 'ਚੋਂ ਜਿੱਤ ਹਾਸਿਲ ਕੀਤੀ, ਔਰ ਐਤਕੀ ਜਿਹੜੀ ਜਿੱਤ ਸੀਗੀ ਉਹ ਇਸ ਕਰਕੇ ਵੀ ਇੰਪੋਰਟੈਂਟ ਸੀਗੇ, ਇੰਨੀ ਅਗੇਂਸਟ ਕੰਜ਼ਰਵੇਟਿਵ ਦੇ ਵੇਵ ਚੱਲੀ ਸੀਗੀ, ਪਰ ਉਹਦੇ ਵਿੱਚ ਫਿਰ ਉਹ ਆਪਣੀ ਜਿਹੜੀ ਕੌਨਸਟੀਚੁਐਂਸੀ, ਆਪਣੀ ਸੀਟ ਜਿਹੜੀ ਆ ਉਹਨੂੰ ਬਚਾਉਣ 'ਚ ਕਾਮਯਾਬ ਹੋਏ। ਠੀਕ ਹੈ, ਉਹ ਇੱਕ ਵੱਖਰਾ ਪੱਖ ਹੈ, ਪਰ ਐਜ਼ ਏ ਪਰਸਨੈਲਿਟੀ ਸਭ ਤੋਂ ਵੱਡੀ ਉਹਨਾਂ ਦੀ ਇਹੀ ਸਟਰੈਂਥ ਸੀ ਜਿਹੜਾ ਤੁਸੀਂ ਜ਼ਿਕਰ ਕੀਤਾ, ਕਿ ਹਰ ਇਨਸਾਨ ਨੂੰ ਲੱਗਦਾ ਸੀਗਾ ਕਿ ਉਹ ਸਾਡੇ ਪਰਿਵਾਰ ਦਾ ਹਿੱਸਾ ਹੈ। ਇਸ ਲੈਵਲ ਦੀ ਆਪਣੀ ਜਿਹੜੀ ਪਹੁੰਚ ਕਮਿਊਨਿਟੀ ਦੇ ਵਿੱਚ ਬਣਾਉਣੀ, ਮੇਰਾ ਖਿਆਲ ਹੈ ਕਿ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਦੇਖੀਏ ਕਿ, ਔਰ ਫਿਰ ਉਸ ਯੰਗ ਏਜ 'ਚ ਅਜੇ ਇੰਡੀਵਿਜੁਅਲ ਮੈਚੋਰ ਹੋ ਜਾਵੇ, ਕਾਫੀ ਐਡਵਾਂਸ ਏਜ ਹੋ ਜਾਵੇ, ਉਹਦੇ 'ਚ ਠਹਿਰਾਵ ਆ ਜਾਂਦਾ ਆ, ਅਤੇ ਐਕਸਪੈਕਟ ਇਹ ਕੀਤਾ ਜਾਂਦਾ ਹੈ ਕਿ ਜੀ ਉਹਨੇ ਦੁਨੀਆਦਾਰੀ ਦੇਖੀ ਹੁੰਦੀ ਹੈ, ਸਿਆਣਾ ਹੋ ਜਾਂਦਾ ਆ, ਕੁਛ ਜ਼ਿੰਦਗੀ ਦੇ ਤਜਰਬੇ, ਕੁਛ ਠੋਕਰਾਂ ਉਹਨੂੰ ਉਹ ਬਣਾਉਂਦੀਆਂ ਨੇ। ਪਰ ਇਹਨਾਂ ਦੀ ਜਿਹੜੀ ਪਰਸਨੈਲਿਟੀ ਸੀਗੀ ਉਹ ਇੰਨੀ ਯੰਗ ਏਜ ਦੇ ਵਿੱਚ, ਇੰਨੇ ਮੈਂ ਕਹਾਂਗਾ ਕਿ ਠੰਡੇ ਦਿਮਾਗ ਦੇ ਇਨਸਾਨ, ਔਰ ਇੰਨੀ ਕਾਬਲੀਅਤ ਕਿ ਇੱਕ 1-to-1 ਰਿਲੇਸ਼ਨ ਬਣਾਉਣ ਦੇ ਵਿੱਚ ਜਿਸ ਤਰ੍ਹਾਂ ਮਾਸਟਰੀ ਹੁੰਦੀ ਹੈ ਉਹਨਾਂ ਦੀ, ਅਤੇ ਉਸ ਤਰੀਕੇ ਦਾ ਉਹਨਾਂ ਦਾ ਜਿਹੜੀ ਸ਼ਖਸੀਅਤ ਹੈ ਉਹਦੇ ਉਹ ਮਾਲਕ ਸੀਗੇ। ਮੈਂ ਉਹਨਾਂ ਨੂੰ 4-5 ਸਾਲ ਤੋਂ ਓਬਜ਼ਰਵ ਕਰ ਰਿਹਾ ਹਾਂ, ਜਿੰਨੀ ਵਾਰ ਵੀ ਇੰਟਰੈਕਸ਼ਨ ਹੋਈ ਮੈਨੂੰ ਉਹ ਲੱਗੇ ਹੀ ਨਹੀਂ ਕਿ ਅਸੀਂ ਕਿਸੇ ਲੀਡਰ ਨਾਲ ਜਾਂ ਕਿਸੇ ਮਿਨਿਸਟਰ ਨਾਲ ਗੱਲ ਕਰ ਰਹੇ ਹਾਂ। ਵੈਰੀ ਵੈਰੀ ਡਾਊਨ ਟੂ ਅਰਥ, ਤੁਸੀਂ ਕੋਈ ਇਸ਼ੂ 'ਤੇ ਗੱਲ ਕਰੋ, ਤੁਹਾਡੀ ਗੱਲ ਧਿਆਨ ਨਾਲ ਪੂਰੀ ਕੌਨਸਨਟ੍ਰੇਸ਼ਨ ਨਾਲ ਸੁਣਨੀ ਹੈ, ਅਤੇ ਜਿੰਨੀ ਉਹਨਾਂ ਨੂੰ ਸਮਝ ਹੈ ਉਹਦੇ ਹਿਸਾਬ ਨਾਲ ਐਡਰੈਸ ਕਰਨੀ ਹੈ ਜਾਂ ਉਹਦੇ 'ਤੇ ਆਪਣਾ ਕਮੈਂਟ ਦੇਣਾ। ਅਤੇ ਇਹ ਹੈ ਕਿ ਜਦੋਂ ਇੱਕ ਲੀਡਰ ਖਾਸ ਕਰਕੇ ਇੰਨੀ ਯੰਗ ਏਜ ਦੇ ਵਿੱਚ ਇੰਨੀ ਸਕਸੈਸ ਮਿਲ ਜਾਏ, ਅਤੇ ਆਮ ਤੌਰ 'ਤੇ ਦੇਖਣ 'ਚ ਆਇਆ ਹੈ ਕਿ ਲੋਕ ਜਿਹੜੇ ਨੇ ਜਾਂ ਇੰਡੀਵਿਜੁਅਲ ਜਿਹੜੇ ਨੇ ਉਹ ਸ਼ਾਇਦ ਥੋੜ੍ਹੀ ਜਿਹੀ ਹਵਾ 'ਚ ਹੋ ਜਾਂਦੇ ਨੇ, ਜ਼ਮੀਨ ਤੋਂ ਪੈਰ ਚੱਕੇ ਜਾਂਦੇ ਨੇ, ਪਰ ਉਹ ਇੰਡੀਵਿਜੁਅਲ ਜਿਹੜਾ ਸੀਗਾ ਉਹ ਪੂਰਾ ਆਪਾਂ ਕਹਿ ਸਕਦੇ ਹਾਂ ਕਿ ਗਰਾਊਂਡਡ ਸੀਗਾ। ਉਹਨੇ ਕਦੀ ਕੋਈ ਐਸੀ ਫੀਲਿੰਗ ਨਹੀਂ ਦਿੱਤੀ ਕਿ ਮੈਂ ਮਿਨਿਸਟਰ ਹਾਂ ਅਤੇ ਮੈਂ ਆਈ ਐਮ ਸਮਥਿੰਗ ਡਿਫਰੈਂਟ। ਅਤੇ ਉਹ ਜਿਹੜਾ ਇੰਡੀਵਿਜੁਅਲ ਦਾ ਜਿਹੜੀ ਅਪਰੋਚ ਸੀਗੀ ਸ਼ਾਇਦ ਉਹੀ ਕਾਰਨ ਸੀਗਾ ਇੰਨੀ ਯੰਗ ਏਜ 'ਚ ਇੱਥੇ ਇਸ ਲੈਵਲ 'ਤੇ ਪਹੁੰਚਣ ਦਾ, ਔਰ ਫਿਰ ਅੱਜ ਜਿਹੜੇ ਉਹਨਾਂ ਦੇ ਉਹਨਾਂ ਨੂੰ ਐਜ਼ ਪੋਲੀਟੀਕਲ ਅਪੋਜੀਸ਼ਨ 'ਚ ਵੀ ਸੀਗੇ, ਉਹਨੂੰ ਅਪੋਜ਼ ਵੀ ਕਰਦੇ ਸੀ, ਅੱਜ ਉਹਨਾਂ ਦੇ ਉਹੀ ਜਿਹੜੇ ਗੁਣ ਗਾ ਰਹੇ ਨੇ ਔਰ ਦੇਖ ਰਹੇ ਨੇ ਕਿ ਹਾਂ ਪੂਰਾ ਅਲਬਰਟਾ ਜਿਹੜਾ ਆ ਉਹ ਸੋਕ 'ਚ ਡੁੱਬਿਆ। ਔਰ ਇਹ ਪਹਿਲੀ ਵਾਰੀ ਵੇਖਣ ਦੇ ਵਿੱਚ ਆਇਆ ਹੈਗਾ ਕਿ ਇੱਕ ਕਿਸੇ ਲੀਡਰ ਦੇ ਜਿਹੜੀ ਹੈਗੀ ਹੈ ਮੌਤ 'ਤੇ ਇੰਨਾ ਜ਼ਿਆਦਾ ਸੋਗ, ਔਰ ਉਹਨਾਂ ਵੱਲੋਂ ਜਿੰਨਾ ਜੇ ਤੁਸੀਂ ਗੱਲ ਕੀਤੀ ਕਿ ਉਹਨਾਂ ਦੇ ਵਿਰੋਧੀਆਂ ਵੱਲੋਂ ਵੀ ਜਿਹੜੇ ਪੋਲੀਟੀਕਲ ਵਿਰੋਧੀ ਵੀ ਸੀ, ਉਹਨਾਂ ਦੇ ਓਪੋਨੈਂਟ ਸੀ ਦੂਸਰੀਆਂ ਪਾਰਟੀਆਂ ਦੇ ਵੀ, ਉਹਨਾਂ ਨੂੰ ਵੀ ਅਸੀਂ ਵਧਾਈਆਂ ਮਾਰ ਮਾਰ ਕੇ ਰੇਡੀਓ 'ਤੇ ਜਾਂ ਆਪਾਂ ਪਬਲਿਕ 'ਚ ਜਿਹੜਾ ਹੈਗਾ ਦੇਖਿਆ, ਜੇ ਅਸੈਂਬਲੀ ਦੇ ਵਿੱਚ ਦੇਖਿਆ ਕਿ ਸਾਰੀ ਹੀ ਓਪੋਜੀਸ਼ਨ ਆ, ਉੱਥੇ 3 ਪਾਰਟੀਆਂ ਤਕਰੀਬਨ 4 ਹੈਗੀਆਂ, ਉਹ ਸਾਰੇ ਜਿੰਨੇ ਹੈਗੇ ਨੇ ਵੀ ਸੇਮ ਹੀ ਲੈਵਲ ਦਾ ਉਹਨਾਂ ਨੂੰ ਦੁੱਖ ਹੋਇਆ, ਸਾਰੇ ਨੂੰ ਐਂ ਲੱਗਿਆ ਕਿ ਜਿਵੇਂ ਸਾਡੇ ਹੀ ਕੋਈ ਸਰੀਰ ਦਾ ਕੋਈ ਅੰਗ ਕੋਈ ਚਲਾ ਗਿਆ ਹੈਗਾ। ਬਿਲਕੁਲ। ਹੁਣ ਜਿਵੇਂ 2008 ਦੇ ਵਿੱਚ ਪਹਿਲੀ ਵਾਰੀ ਉਹ ਜਦੋਂ MLA ਬਣੇ ਹੈਗੇ, ਹੈ ਨਾ, ਪਹਿਲੀ ਵਾਰੀ MLA ਬਣੇ, ਉਦੋਂ ਮੇਰੇ ਖਿਆਲ ਕੈਨੇਡਾ ਦੇ ਵਿੱਚ ਯੰਗੈਸਟ ਉਹ MLA ਸੀ, ਸਭ ਤੋਂ ਛੋਟੀ ਉਮਰ ਦੇ ਜਿਹੜੇ ਉਹ MLA ਬਣੇ।
ਫਿਰ ਜਦੋਂ ਉਹਨਾਂ ਨੇ ਮਨਿਸਟਰੀਆਂ ਵੀ ਹਾਸਲ ਕੀਤੀਆਂ ਹੈਗੀਆਂ ਤਾਂ ਹਰ ਮਨਿਸਟਰੀ 'ਚ ਉਹਨਾਂ ਨੇ ਆਪਣੀ ਛਾਪ ਛੱਡੀ। ਬਿਲਕੁਲ। ਔਰ ਉਹ ਜਿਹੜੀ ਵੀ ਉਹਨਾਂ ਨੂੰ ਮਨਿਸਟਰੀ ਮਿਲੀ ਉਹਦੇ ਵਿੱਚ ਵੀ ਉਹਨਾਂ ਨੇ ਜਿਹੜਾ ਹੈਗਾ ਕਿ ਉਹਨੂੰ ਇੱਕ ਨਵਾਂ ਰੂਪ ਰੇਖਾ, ਇੱਕ ਨਵੀਂ ਪਹਿਚਾਣ ਉਸ ਮਨਿਸਟਰੀ ਦੀ, ਭਾਵੇਂ ਸਰਵਿਸ ਅਲਬਰਟਾ ਦੇ ਮਨਿਸਟਰ ਸੀ ਜਾਂ ਉਹ ਇਨਫਰਾਸਟ੍ਰਕਚਰ ਸੀ, ਉਹਨਾਂ ਦੇ ਜਿਹੜੇ ਹੈਗੇ ਉਹਨਾਂ ਦੇ ਕੰਮਾਂ ਬਾਰੇ ਤੁਸੀਂ ਮਤਲਬ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਦਾ ਉਹਨਾਂ ਦਾ ਸਟਾਈਲ ਰਿਹਾ ਹੈਗਾ? ਸਤਵਿੰਦਰ ਜੀ, ਮੈਂ ਇਹ ਗੱਲ ਦੇਖਦਾ ਕਿ ਜਿਹੜਾ ਇਨਸਾਨ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਹੈ ਅਤੇ ਉਹ ਹਮੇਸ਼ਾ ਇਸ ਗੱਲ ਦੇ ਵਿੱਚ ਇੱਛੁਕ ਰਹਿੰਦਾ ਹੈ ਕਿ ਅਗਰ ਕਿਸੇ ਦਾ ਕੋਈ ਦਰਦ ਹੈਗਾ, ਕੋਈ ਕੰਸਰਨ ਹੈਗਾ, ਉਹਨੂੰ ਕਿਸ ਤਰ੍ਹਾਂ ਐਡਰੈਸ ਕੀਤਾ ਜਾਵੇ। ਅਤੇ ਉਹ ਬੰਦਾ ਜਿਹੜਾ ਸੁਣਨ ਨੂੰ ਤਿਆਰ ਹੈ, ਜਦੋਂ ਸੁਣਦਾ ਆ ਔਰ ਉਹਨੂੰ ਐਨਾਲਾਈਜ਼ ਕਰਦਾ ਆ ਕਿ ਅਗਰ ਇਸ ਬੰਦੇ ਨੂੰ ਜਾਂ ਇਹਦੇ ਵਰਗੇ ਹੋਰ ਜਿਹੜੇ ਇੰਡੀਵਿਜੁਅਲਸ ਹੈ, ਅਗਰ ਉਹਨਾਂ ਨੂੰ ਇਹਨਾਂ ਇਸ਼ੂਜ਼ 'ਤੇ ਪ੍ਰੋਬਲਮ ਹੈਗੀ ਹੈ ਅਤੇ ਉਹਨੂੰ ਕਿਸ ਤਰ੍ਹਾਂ ਇੰਪਰੂਵ ਕਰਕੇ ਇਹਨਾਂ ਦੀ ਲਾਈਫ ਸੌਖੀ ਕੀਤੀ ਜਾ ਸਕਦੀ। ਜਦੋਂ ਤੁਸੀਂ ਇਸ ਸਪਿਰਿਟ ਦੇ ਨਾਲ ਤੁਸੀਂ ਸੁਸਾਇਟੀ 'ਚ ਚੱਲਦੇ ਹੋ, ਕਮਿਊਨਿਟੀ 'ਚ ਚੱਲਦੇ ਹੋ, ਅਤੇ ਤੁਹਾਡਾ ਜਿਹੜਾ ਬਿਹੇਵੀਅਰ ਹੈ ਆਟੋਮੈਟਿਕਲੀ ਚੇਂਜ ਹੋ ਜਾਂਦਾ। ਔਰ ਇਹਨਾਂ ਨੇ, ਮੈਂ ਇਹ ਵੀ ਐਡ ਕਰਾਂ ਕਿ ਇਹਨਾਂ ਨੇ ਚਾਹੇ ਉਹ ਐਲਸਨ ਰੈਡਫੋਰਡ ਦੇ ਅੰਡਰ ਮਨਿਸਟਰੀ 'ਚ ਸੀਗੇ ਅਤੇ ਉਸ ਤੋਂ ਬਾਅਦ ਇਹ ਜਿਮ ਪ੍ਰੈਂਟਿਸ ਦੇ ਅੰਡਰ ਜਿਹੜੀ ਇੱਕ ਛੋਟੀ ਜਿਹੀ ਇਨਿੰਗ ਸੀਗੀ ਉਹਦੇ ਵਿੱਚ ਇਹ ਜਿਮ ਪ੍ਰੈਂਟਿਸ ਦੇ ਨਾਲ ਇਹਨਾਂ ਨੇ ਕੰਮ ਕੀਤਾ ਔਰ ਉਹਨਾਂ ਨੂੰ ਵੀ ਪ੍ਰੀਮੀਅਰ ਬਣਾਉਣ ਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਸੀਗੀ ਅਤੇ ਇਹ ਇੱਕ ਬੜੇ ਔਖੇ ਦੌਰ ਦੇ ਵਿੱਚ ਇਹ ਇੰਨੀਆਂ ਔਖੀਆਂ ਮਨਿਸਟਰੀਆਂ ਇਹਨਾਂ ਨੂੰ ਮਿਲੀਆਂ। ਜੇ ਤੁਸੀਂ ਇਨਫਰਾਸਟ੍ਰਕਚਰ ਦੀ ਗੱਲ ਕਰੋ ਤਾਂ ਇੱਕ ਪਾਸੇ ਰਿਸੈਸ਼ਨ ਹੈਗਾ, ਤੁਹਾਡੇ ਕੋਲ ਫੰਡਸ ਅਵੇਲੇਬਲ ਨਹੀਂ ਹੈ ਅਤੇ ਪ੍ਰੋਜੈਕਟ ਜਿਹੜੇ ਨੇ ਉਹ ਕਮਿਊਨਿਟੀ ਜਿਹੜੀ ਆ, ਜ਼ਰੂਰੀ ਜਿਹੜੀ ਕਮਿਊਨਿਟੀ ਆ ਤੁਹਾਡਾ, ਜਿਹੜੀ ਤੁਹਾਡੀ ਜਿਹੜੀ ਪ੍ਰੋਵਿੰਸ ਆ ਉਹ ਤੁਹਾਡੇ ਤੋਂ ਐਕਸਪੈਕਟ ਕਰ ਰਹੀ ਹੈ ਕਿ ਤੁਸੀਂ ਡਿਵੈਲਪਮੈਂਟ ਵਾਲੇ ਪਾਸੇ ਚੱਲੋ। ਅਤੇ ਉਸ ਚੀਜ਼ ਨੂੰ ਦੋਨਾਂ ਨੂੰ ਬੈਲੈਂਸ ਕਰਕੇ ਆਪਣਾ ਰਸਤਾ ਲੱਭਣਾ, ਇਹ ਬੜਾ ਇੱਕ ਡੈਲੀਕੇਟ ਕੰਮ ਸੀਗਾ ਔਰ ਉਹਨਾਂ ਨੇ ਬੜੀ ਬਾਖੂਬੀ ਸਰ ਅੰਜਾਮ ਦਿੱਤਾ। ਔਰ ਜੇ ਹੁਣ ਇਸ ਵੇਲੇ ਅਗਰ ਉਹ ਉਹਨਾਂ ਦੀ ਪਾਰਟੀ ਜਿਹੜੀ ਸੀਗੀ ਉਹ ਵੋਟ ਆਊਟ ਹੋ ਗਈ ਸੀਗੀ, ਪਰ ਫਿਰ ਵੀ ਉਹਨਾਂ ਦਾ ਜਿਹੜਾ ਕਮਿਊਨਿਟੀ ਦੇ ਵਿੱਚ ਇਨਵੋਲਵਮੈਂਟ ਹੈਗੀ ਹੈ, ਈਵਨ ਜਿਹੜਾ ਲਾਸਟ ਡੇ ਇਹਨਾਂ ਦੀ ਐਕਸੀਡੈਂਟ 'ਚ ਡੈਥ ਹੁੰਦੀ ਹੈ ਉਸ ਤੋਂ ਕੁਛ ਘੰਟੇ ਪਹਿਲਾਂ ਉਹ ਯੂਨੀਵਰਸਿਟੀ ਦੇ ਵਿੱਚ ਲੈਕਚਰ ਦੇ ਰਹੇ ਸੀਗੇ ਔਰ ਉਹ ਇਨਵੋਲਵ ਸੀਗੇ। ਸੋ ਉਹ ਜਿਹੜੀ ਸ਼ਖਸੀਅਤ ਹੈ, ਦੈਟ ਇਜ਼ ਵਟ ਮੇਡ ਹਿਮ ਅ ਪਾਪੂਲਰ ਲੀਡਰ। ਜਿਵੇਂ ਹੁਣ ਆਪਾਂ ਦੇਖੀਏ ਸਰਦਾਰ ਮਨਮੀਤ ਸਿੰਘ ਭੁੱਲਰ ਜਿਹੜੇ ਹੈਗੇ ਨੇ ਉਹ ਕਿਤੇ ਵੀ ਜਿਹੜੇ ਜਾਂਦੇ ਸੀ ਆਉਂਦੇ ਸੀ ਅਤੇ ਹਰ ਪ੍ਰੋਗਰਾਮ ਦੇ ਵਿੱਚ ਪਾਰਟੀਸਪੇਟ ਕਰਦੇ ਸੀ, ਭਾਵੇਂ ਛੋਟਾ ਹੋਵੇ ਵੱਡਾ ਹੋਵੇ। ਬਿਲਕੁਲ। ਉਹਨਾਂ ਨੇ ਦੌੜ ਦੌੜ ਕੇ ਉੱਥੇ ਜਿਹੜਾ ਹੈਗਾ ਹਰ ਹਾਲਤ 'ਚ ਪਹੁੰਚ ਜਾਣਾ ਹੈਗਾ। ਅਤੇ ਜਿਵੇਂ ਤੁਸੀਂ ਯੂਨੀਵਰਸਿਟੀ ਦੀ ਗੱਲ ਕੀਤੀ ਕਿ ਯੂਨੀਵਰਸਿਟੀ ਦੇ ਵਿੱਚ ਜਿਹੜਾ ਉਹ ਜਾਂਦੇ ਸੀ ਅਤੇ ਉੱਥੇ ਉਹਨਾਂ ਨੇ ਲੈਕਚਰ ਜਿਹੜਾ ਦਿੱਤਾ, ਉਹ ਤੋਂ ਬਾਅਦ 'ਚ ਵੀ ਜਦੋਂ ਉਹ ਜਾ ਵੀ ਰਹੇ ਹੈਗੇ ਨੇ, ਐਡਮਿੰਟਨ ਨੂੰ ਜਾ ਰਹੇ ਸੀ, ਰਾਹ 'ਚ ਉਹਨਾਂ ਨੇ ਦੇਖਿਆ ਵੀ ਕਿਸੇ ਦੀ ਕੋਈ ਗੱਡੀ ਖਰਾਬ ਹੈ ਜਾਂ ਸਲਿੱਪ ਹੋਈ ਹੋਈ ਹੈ ਅਤੇ ਉਹਦੀ ਮੈਂ ਮਦਦ ਕਰਨ ਵਾਸਤੇ ਉਹ ਰੁਕੇ ਹੈਗੇ ਨੇ। ਔਰ ਬਿਲਕੁਲ ਉਹਨਾਂ ਨੇ ਆਪਣੀ ਗੱਡੀ ਸਿਕਿਓਰ ਖੜੀ ਕਰਕੇ ਫਿਰ ਵਿੱਚ ਜਾ ਕੇ ਮੀਡੀਅਮ ਦੇ ਵਿੱਚ ਜਾ ਕੇ ਉੱਥੇ ਖੜ੍ਹੇ ਸੀ, ਉਹਦੀ ਹੈਲਪ ਕਰਨ ਵਾਸਤੇ ਕੋਈ ਦੂਸਰੇ ਪਾਸੇ ਟਰੱਕ ਆਇਆ ਅਤੇ ਉਹਨੇ ਕੀਤਾ। ਦੈਟ ਮੀਨਸ ਕਿ ਆਪਣੇ ਆਖਰੀ ਸਮਾਂ ਤੱਕ ਉਹਨਾਂ ਦੀ ਇੱਛਾ ਇਹ ਰਹੀ ਕਿ ਮੈਂ ਕਿਸੇ ਦੀ ਮਦਦ ਕਰਾਂ ਜਿੱਥੇ ਮੈਂ ਹੈਲਪ ਕਰ ਸਕਦਾ। ਮੈਂ ਇੱਥੇ ਬਹੁਤ ਇੰਪੋਰਟੈਂਟ ਹੈਗੀ ਇਹ ਗੱਲ ਜੇ ਜ਼ਿਕਰ ਕਰਨਾ ਕਿ ਉਹਨਾਂ ਦਾ ਜਿਹੜਾ ਜ਼ੋਰ ਸੀਗਾ ਜੀ ਅਫਗਾਨਿਸਤਾਨ 'ਚ ਫਸੇ ਹੋਏ ਜਿਹੜੇ ਹਿੰਦੂ ਸਿੱਖ ਨੇ ਉਹਨਾਂ 'ਤੇ ਪੂਰਾ ਲੱਗਿਆ ਹੋਇਆ ਸੀਗਾ ਔਰ ਉਹਨਾਂ ਨੇ ਕਾਫੀ ਸਾਰੀਆਂ ਫੈਮਿਲੀਜ਼ ਜਿਹੜੀਆਂ ਨੇ ਉੱਥੋਂ ਕੱਢਣ 'ਚ ਕਾਮਯਾਬੀ ਵੀ ਹਾਸਲ ਕੀਤੀ, ਉਹਨਾਂ ਨੂੰ ਇੰਡੀਆ 'ਚ ਪਹੁੰਚਾ ਕੇ ਉਹਨਾਂ ਨੂੰ ਸੈਟਲਮੈਂਟਸ ਇਹਨਾਂ ਦਾ ਜ਼ੋਰ ਲੱਗ ਰਿਹਾ ਸੀਗਾ ਅਤੇ ਇੱਥੇ ਵੀ ਉਹਨਾਂ ਦੀ ਜਿਹੜੀ ਐਕਟੀਵਿਟੀ ਪੂਰੀ ਚੱਲ ਰਹੀ ਸੀਗੀ ਜ਼ੋਰਾਂ ਸ਼ੋਰਾਂ ਨਾਲ ਕਿ ਮੈਂ ਜਿਹੜੇ ਉਹਨਾਂ ਦੀ ਜਿਹੜੀ ਲਾਈਫ ਆ ਉਹ 24 ਆਵਰ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਖਤਰੇ ਦੇ ਵਿੱਚ ਉਹ ਮਤਲਬ ਰਹਿ ਰਹੇ ਨੇ ਅਤੇ ਉਹਨਾਂ ਦੀ ਜਿਹੜੀ ਲਾਈਫ ਆ ਇੱਕ ਡਿਗਨੀਫਾਈਡ ਲਾਈਫ ਨਹੀਂ ਹੈਗੀ। ਬੱਚੇ ਜਿਹੜੇ ਨੇ ਸਕੂਲ ਨਹੀਂ ਜਾ ਸਕਦੇ ਔਰ ਕਿਹੜੀ ਚੀਜ਼ ਹੈ ਜਿਹੜੀ ਅਫਗਾਨਿਸਤਾਨ ਦੇ ਵਿੱਚ ਨਹੀਂ ਹੋ ਰਹੀ ਉਹਨਾਂ ਦੇ ਨਾਲ। ਸੋ ਉਸ ਚੀਜ਼ ਦੇ ਦਰਦ ਨੂੰ ਮਹਿਸੂਸ ਕਰਕੇ ਵੀ ਇਹ ਅੱਗੇ ਵੱਧ ਕੇ ਉਸ ਪ੍ਰੋਜੈਕਟ 'ਤੇ ਕੰਮ ਕਰ ਰਹੇ ਸੀ ਅਤੇ ਅੱਜ ਇਹ ਬਹੁਤ ਹੀ ਅਫਸੋਸਨਾਕ ਘੜੀ ਜਿਹੜੀ ਆ ਉਹ ਨੋਟ ਓਨਲੀ ਕਿ ਮਨਮੀਤ ਜੀ ਦੇ ਆਪਣੇ ਪਰਿਵਾਰ ਵਾਸਤੇ ਆ, ਮੇਰਾ ਖਿਆਲ ਹੈ ਕਿ ਸਭ ਤੋਂ ਵੱਡਾ ਝਟਕਾ ਔਰ ਸ਼ੋਕ ਉਹਨਾਂ ਅਫਗਾਨ ਫੈਮਲੀਆਂ ਨੂੰ ਵੀ ਲੱਗਣਾ ਹੈ ਜਦੋਂ ਪਤਾ ਲੱਗਿਆ ਕਿ ਜਿਹੜਾ ਸਾਡਾ ਇੱਕ ਉਮੀਦ ਦੀ ਕਿਰਨ ਉਹਨਾਂ ਨੂੰ ਨਜ਼ਰ ਆਈ ਸੀਗੀ ਅਤੇ ਅੱਜ ਉਹ ਵੀ ਕੁਦਰਤ ਨੇ ਕਿਰਨ ਜਿਹੜੀ ਹੈਗੀ ਆ ਉਹਨਾਂ ਨੂੰ ਖੋਹ ਲਈ ਆ ਜਾਂ ਉਹ ਬੁਝਾਤੀ ਹੈ। ਇੱਕ ਹੋਰ ਵੀ ਉਹਨਾਂ ਦਾ ਜਿਹੜਾ ਕਿਤੇ ਵੀ ਜਦੋਂ ਉਹ ਕਿਸੇ ਫੰਕਸ਼ਨ ਦੇ ਵਿੱਚ ਕੋਈ ਗੱਲਬਾਤ ਕਰਦੇ ਸੀ ਜਾਂ ਮੈਂ ਵੇਖਿਆ ਕਿ ਜੇ ਇੰਗਲਿਸ਼ ਮੀਡੀਆ 'ਚ ਵੀ ਗੱਲ ਕਰਦੇ ਬੜੀ ਅਥਾਰਟੀ ਨਾਲ, ਬੜੀ ਹਿੰਮਤ ਨਾਲ, ਬੜੀ ਕਲੀਅਰ ਆਪਣੀ ਸਟਰੋਂਗ ਆਵਾਜ਼ ਦੇ ਵਿੱਚ ਜਿਹੜੀ ਉਹ ਗੱਲਬਾਤ ਕਰਦੇ ਸੀ ਔਰ ਹਰ ਕੋਈ ਉਹਦੀ ਗੱਲ ਸੁਣਦਾ ਸੀ। ਬਿਲਕੁਲ। ਅਤੇ ਉਹ ਉਹਨਾਂ ਨੇ ਕਮਿਊਨਿਟੀ ਦੇ ਵੀ ਕਈ ਇਸ਼ੂ ਉਠਾਏ ਵੀ ਜਿਹੜੀ ਕਮਿਊਨਿਟੀ ਜਿਹੜੀ ਹੈ ਸਾਡੀ ਕਈ ਗੱਲਾਂ ਨੂੰ ਲੈ ਕੇ ਜਾਂ ਪੰਜਾਬੀ ਭਾਈਚਾਰੇ ਦੀ ਆਪਾਂ ਗੱਲ ਕਰੀਏ ਤੇ ਉਹ ਚੁੱਪ ਕਰ ਜਾਂਦੇ ਹੈਗੇ ਨੇ। ਆਪਾਂ ਕਈ ਇਸ਼ੂ ਘਰਾਂ ਦੇ ਵਿੱਚ ਹੀ ਹੁੰਦੇ ਨੇ ਜਾਂ ਮਤਲਬ ਕੋਈ ਘਰ 'ਚ ਕੋਈ ਨਸ਼ੇ ਦਾ ਕੋਈ ਕੰਮ ਕਰਦਾ, ਕੋਈ ਨਸ਼ਾ ਵੇਚਦਾ ਜਾਂ ਕੋਈ ਬੱਚਿਆਂ ਦਾ ਸ਼ੋਸ਼ਣ ਕਰਦਾ ਹੈਗਾ ਤਾਂ ਉਹਦੇ ਬਾਰੇ ਅਸੀਂ ਆਵਾਜ਼ ਨਹੀਂ ਉਠਾਉਂਦੇ ਹੈਗੇ। ਉਹ ਹਰ ਕਿਸੇ ਨੂੰ ਮਤਲਬ ਡਟ ਕੇ ਕਲੀਅਰਲੀ ਸ਼ਬਦਾਂ 'ਚ ਕਹਿ ਦਿੰਦੇ ਸੀ, ਭਾਵੇਂ ਆਪਣੀ ਕਮਿਊਨਿਟੀ ਨੂੰ ਕਹਿਣੀ ਹੈ, ਬਹੁਤ ਵੱਡੀ ਸਟਰੈਂਗ ਸੀ, ਜਾਂ ਭਾਵੇਂ ਉਹਨਾਂ ਨੇ ਪ੍ਰੈਸ ਵਾਲਿਆਂ ਨੂੰ ਵੀ ਕਈ ਵਾਰੀ ਉਹਨਾਂ ਨੇ ਨੁਕਤਾਚੀਨੀ ਉਹਦੀ ਕੀਤੀ ਹੈਗੀ ਹੈ ਕਿ ਆਪਣੇ 'ਚ ਸੁਧਾਰ ਕਰੋ ਵੀ ਇੰਝ ਨਾ ਕਰੋ ਇੰਝ ਕਰੋ, ਹੈ ਨਾ। ਦੈਟ ਮੀਨਸ ਕਿ ਇਹ ਹੀ ਉਹਨਾਂ ਦੀ ਮੈਨੂੰ ਲੱਗਦਾ ਕੁਆਲਿਟੀ ਸੀ ਕਿ ਹਰ ਕੋਈ ਕਹਿੰਦਾ ਵੀ ਜਦ
ਜੋ ਬੰਦੇ ਦੇ ਦਿਲ 'ਚ ਉਹੀ ਜ਼ਬਾਨ 'ਤੇ ਹੈਗਾ। ਹਾਂਜੀ, ਉਹ ਦੇਖੋ ਗੱਲ ਇਹ ਵੀ ਅਗਰ ਇੱਕ ਬੰਦਾ ਇਹ ਇਸ ਅਪਰੋਚ ਦਾ ਹੈਗਾ ਕਿ ਮੈਂ ਕਿਸੇ ਤਰੀਕੇ ਨਾਲ ਮੈਨੂੰ ਕੀ ਲੋੜ ਆ ਕਿਸੇ ਦਾ ਮਤਲਬ ਕਿਸੇ ਨੂੰ ਸੱਚ ਬੋਲ ਕੇ ਉਹਦਾ ਦਿਲ ਦਿਖਾਉਣ ਦੀ ਅਤੇ ਆਪਣੇ ਅਗੇਂਸਟ ਕਰਨ ਦੀ, ਵੀ ਮੈਂ ਉਹਨਾਂ ਦੀ ਲਿਪਾ ਪੋਤੀ ਕਰ ਦੇਵਾਂ ਅਤੇ ਮੈਨੂੰ ਤਾਂ ਵੋਟਾਂ ਦਾ ਮਤਲਬ ਆ, ਅਤੇ ਐਜ਼ ਲੌਂਗ ਐਜ਼ ਮੈਨੂੰ ਵੋਟਾਂ ਮਿਲ ਰਹੀਆਂ ਨੇ ਕੋਈ ਕੀ ਕਰਦਾ, ਮੈਨੂੰ ਇਹਦੇ 'ਚ ਇੰਟਰਸਟ ਨਹੀਂ। ਪਰ ਉਹਨਾਂ ਨੂੰ ਇਹ ਇਸ ਗੱਲ 'ਚ ਦੁੱਖ ਸੀਗਾ ਕਿ ਜਿਹੜੇ ਸਾਡੇ ਜਿਹੜੇ ਸਿੱਖ ਕਮਿਊਨਿਟੀ ਆ, ਅਸੀਂ ਇੰਨੇ ਸਾਲਾਂ ਤੋਂ ਸਾਡੇ ਜਿਹੜੇ ਬਜ਼ੁਰਗ ਆਏ ਪੁਰਾਣੇ, ਇੰਨੇ 100 ਸਾਲ ਪੁਰਾਣਾ ਉਹਨਾਂ ਨੇ ਇੱਥੇ ਬੇਸ ਬਣਾਇਆ, ਅਤੇ ਉਹਨਾਂ ਨੂੰ ਇਸ ਗੱਲ 'ਤੇ ਅਫਸੋਸ ਸੀਗਾ ਕਿ ਜੋ ਤਰੱਕੀ ਅਸੀਂ ਹਾਸਿਲ ਕੀਤੀ, ਸਾਨੂੰ ਉਹ ਰਿਸਪੈਕਟ ਜਾਂ ਉਹ ਮੁਕਾਮ ਜੋ ਮਿਲਣਾ ਚਾਹੀਦਾ ਸੀਗਾ ਉਹ ਨਹੀਂ ਮਿਲਿਆ, ਨਹੀਂ ਲੈ ਪਾਏ ਆਪਾਂ, ਅਤੇ ਉਹਦੇ ਵਿੱਚ ਉਹਨਾਂ ਨੇ ਕਮੀਆਂ ਆਪਣੀ ਕਮਿਊਨਿਟੀ 'ਚ ਦੇਖੀਆਂ, ਔਰ ਉਹ ਦੇਖ ਕੇ ਔਰ ਉਹ ਬੋਲਣ ਦੇ ਵਿੱਚ ਅਪਫਰੰਟ ਯਕੀਨ ਕਰਦੇ ਸੀ, ਔਰ ਉਹ ਕਹਿੰਦੇ ਸੀਗੇ ਕਿ ਸਾਨੂੰ ਜਿਹੜੇ ਪੰਜਾਬੀ ਨੇ ਜਾਂ ਸਿੱਖ ਨੇ ਜਾਂ ਸਿੱਖੋ ਜਾਗੋ, ਜਿਹੜੀ ਲਾਸਟ ਸੀ ਸਪੀਚ ਉਹਨਾਂ ਨੇ ਪਬਲਿਕ ਲਈ ਦਿੱਤੀ ਹੈ, ਅਤੇ ਉਹਦੇ 'ਚ ਪਬਲਿਕਲੀ ਬੋਲਿਆ ਉਹਨਾਂ ਨੇ ਕਿ ਸਿੱਖੋ ਤੁਹਾਨੂੰ ਜਾਗੋ, ਤੁਹਾਨੂੰ ਜਾਗਣਾ ਚਾਹੀਦਾ, ਜੋ ਤੁਹਾਡੇ ਜੋ ਤੁਸੀਂ ਪੁਜੀਸ਼ਨ ਹਾਸਲ ਕੀਤੀ ਹੈ ਉਹਦਾ ਜੇ ਤੁਸੀਂ ਸਹੀ ਆਪਣਾ ਰਿਗਾਰਡ ਲੈਣਾ ਹੈ ਔਰ ਆਪਣੀ ਪੁਜੀਸ਼ਨ ਅਕਵਾਇਰ ਕਰਨੀ ਹੈ, ਉਹਦੇ ਵਾਸਤੇ ਤੁਹਾਨੂੰ ਇੰਟਰਨਲੀ ਆਪਣੇ ਆਪ ਨੂੰ ਦੇਖ ਕੇ ਸੁਧਾਰ ਕਰਨਾ ਪਊਗਾ। ਸੋ ਇਹ ਬੜੇ ਘੱਟ ਐਸੇ ਲੀਡਰ ਨੇ ਜਿਹੜੇ ਕਿਸ ਕੋਈ ਵੀ ਕੌੜੀ ਗੱਲ ਜਿਹੜੀ ਹੈ ਕਿਸੇ ਦੇ ਸਮੱਖ ਕਹਿ ਸਕਦੇ ਹਨ। ਬਾਕੀ ਇਹ ਜਿਹੜਾ ਉਹਨਾਂ ਦਾ ਜਾਣ ਦਾ ਘਾਟਾ ਪਿਆ, ਮੈਨੂੰ ਲੱਗਦਾ ਕਿ ਸ਼ਾਇਦ ਬੜੇ ਲੰਬੇ ਸਾਲ ਲੱਗ ਜਾਣਗੇ, ਬਹੁਤ ਜ਼ਿਆਦਾ ਸਾਲ ਲੱਗ ਜਾਣਗੇ ਇਸ ਨੂੰ ਪੂਰਾ ਕਰਨ ਵਾਸਤੇ। ਪਰ ਮੇਰੇ ਹਿਸਾਬ ਨਾਲ ਜੇ ਆਪਾਂ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਭੇਂਟ ਕਰਨੀ ਹੋਵੇ ਤਾਂ ਆਪਾਂ ਇਹੀ ਕਰ ਸਕਦੇ ਹਾਂ ਕਿ ਜਿਹੜੇ ਉਹਨਾਂ ਦੇ ਸੁਪਨੇ ਸੀ ਜਾਂ ਜਿਹੜੀਆਂ ਉਹਨਾਂ ਦੀਆਂ ਚੰਗੀਆਂ ਗੱਲਾਂ ਸੀ ਉਹਨਾਂ ਨੂੰ ਆਪਾਂ ਜਿਹੜੇ ਹੈਗੇ ਆਪਣੀ ਕਮਿਊਨਿਟੀ 'ਚ ਲੈ ਕੇ ਆਈਏ, ਉਹਨਾਂ ਦਾ ਜਿਹੜੇ ਕਿ ਪ੍ਰੋਪੇਗੇਟ ਕਰੀਏ, ਉਹਨਾਂ ਦੀਆਂ ਇਹੀ ਗੱਲਾਂ ਕਰੀਏ, ਉਹਨਾਂ ਦੇ ਦਸਾਏ ਹੋਏ ਜਿਹੜੇ ਮਾਰਗ ਹੈਗੇ ਨੇ, ਜਿਸ ਤਰ੍ਹਾਂ ਉਹ ਲੋਕਾਂ ਦੀ ਹਰ ਪਲ ਜਿਹੜੀ ਮਦਦ ਕਰਦੇ ਸੀ, ਉਸੇ ਤਰ੍ਹਾਂ ਅਸੀਂ ਆਪਣੀ ਜਿਹੜੀ ਨੇਚਰ ਬਣਾਈਏ, ਤਾਂ ਹੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਮਨਮੀਤ ਸਿੰਘ ਭਲੋਰਾ ਦੀਆਂ ਗੱਲਾਂ ਸਾਨੂੰ ਯਾਦ ਨੇ ਅਤੇ ਉਹ ਵੀ ਸਾਨੂੰ ਯਾਦ ਨੇ, ਅਤੇ ਅਸੀਂ ਉਹਨਾਂ 'ਤੇ ਤੁਰਨ ਦੀ ਜਿਹੜੀ ਹੈ ਕੋਸ਼ਿਸ਼ ਕਰ ਰਹੇ ਹਾਂ। ਤਾਂ ਦੋਸਤੋ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ 'ਚ।